ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਦੇ ਲਈ ਜਿਹੜੇ ਕਿ ਆਪਾਂ ਪ੍ਰੋਜ਼ ਲੈ ਕੇ ਆਏ ਹਾਂ। ਸੋ ਸਟੂਡੈਂਟਸ, ਤੁਹਾਡੇ ਆਪਾਂ ਦੋ ਪੋਇਮਾਂ, ਠੀਕ ਹੈ, ਟੂ ਪੋਇਮਸ ਆਪਾਂ ਕਰ ਚੁੱਕੇ ਹਾਂ ਅਤੇ ਟੂ ਪ੍ਰੋਜ਼ ਵੀ ਕਰ ਚੁੱਕੇ ਹਾਂ। ਥਰਡ ਪ੍ਰੋਜ਼ ਆਪਣਾ ਇਹ, ਭਾਵ ਕਿ ਜਿਹੜੇ ਕਿ ਤੁਹਾਡੇ ਫੋਰ ਤੁਹਾਡੇ ਪ੍ਰੋਜ਼ ਨੇ, ਫੋਰ ਹੀ ਤੁਹਾਡੇ ਪੋਇਮਸ ਨੇ। ਉਹਨਾਂ ਦੇ ਵਿੱਚੋਂ ਆਪਣਾ ਜਿਹੜੇ ਕਿ ਅਗਰ ਤੁਸੀਂ ਤਿੰਨ ਤਿੰਨ ਵੀ ਕਰ ਲਓ ਤਾਂ ਵੀ ਤੁਹਾਡਾ ਮਤਲਬ ਕਿ ਠੀਕ ਹੈ, ਤੁਸੀਂ ਇੱਕ ਛੱਡ ਸਕਦੇ ਹੋ। ਸੋ ਉਹੀ ਆਪਣਾ ਸਿਰਫ ਇੱਕ ਪੋਇਮ ਰਹਿ ਗਈ, ਬਾਕੀ ਆਪਣਾ ਮੋਸਟਲੀ ਸਿਲੇਬਸ ਡਨ ਆ, ਬਾਕੀ ਗ੍ਰਾਮਰ ਪਾਰਟ ਰਹਿ ਜੂਗਾ। ਹਾਂਜੀ, ਅਗਰ ਤੁਸੀਂ ਨਈ ਵੀਡੀਓਜ਼ ਵਾਚ ਕੀਤੀਆਂ ਤਾਂ ਪਲੇਲਿਸਟ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ, ਤੁਸੀਂ ਪਲੇਲਿਸਟ ਤੋਂ ਵਿਜ਼ਿਟ ਕਰਕੇ ਜਿਹੜੀ ਕਿ ਦੇਖ ਸਕਦੇ ਹੋ। ਹਾਂਜੀ, ਆਪਾਂ ਨੇ ਪ੍ਰੋਜ਼ ਦੇ ਸਾਰਿਆਂ ਦੇ ਇੱਕ ਇੱਕ ਹੀ ਆਨਸਰ ਕੀਤਾ ਵੀ ਜਿਹੜਾ ਮਰਜ਼ੀ ਕੁਸ਼ਚਨ ਆਵੇ ਤੁਸੀਂ ਉਹੀ ਉਹਦੇ ਵਿੱਚ ਐਡ ਕਰ ਦੇਣਾ। ਸੋ ਹੁਣ ਵੀ ਇਸ ਅਪਰੋਜ਼ ਦੇ ਵਿੱਚ ਵੀ ਆਪਾਂ ਇੱਕ ਹੀ ਆਨਸਰ ਕਰਾਂਗੇ, ਜਿਹੜਾ ਮਰਜ਼ੀ ਤੁਹਾਨੂੰ ਕੁਸ਼ਚਨ ਆਵੇ ਤੁਸੀਂ ਉਹਦੇ ਵਿੱਚ ਉਹ ਐਡ ਕਰ ਦੇਣਾ। ਹਾਂਜੀ, ਇਸ ਦੇ ਵਿੱਚ ਹੈਗਾ ਜਿਹੜੇ ਕਿ ਪ੍ਰੋਜ਼ ਦਾ ਨੇਮ ਹੈਗਾ, ਹਾਂਜੀ ਪ੍ਰੋਜ਼ ਦਾ ਨੇਮ ਹੈਗਾ ਦ ਅਲਿਕਸਰ ਆਫ ਲਾਈਫ, ਠੀਕ ਹੈ, ਜ਼ਿੰਦਗੀ ਦਾ ਅੰਮ੍ਰਿਤ, ਸੀ ਵੀ ਰਮਨ ਦੁਆਰਾ ਲਿਖਿਆ ਗਿਆ। ਹਾਂਜੀ, ਇਸ ਦੇ ਵਿੱਚ ਕੁਸ਼ਚਨ ਜਿਵੇਂ ਬਣਦੇ ਨੇ, ਵਟ ਇਜ਼ ਅ ਰੀਅਲ ਅਲਿਕਸਰ ਆਫ ਲਾਈਫ, ਕੀ ਆ ਅਵੇਲੇਬਲ ਔਨ ਦਾ ਅਰਥ, ਠੀਕ ਹੈ, ਜਾਂ ਡਿਸਕ੍ਰਾਈਬ ਦਾ ਕਲਰ ਆਫ ਦਾ ਵਾਟਰ, ਵਾਟਰ ਦਾ ਕਲਰ ਡਿਸਕ੍ਰਾਈਬ ਕਰਨਾ, ਐਜ਼ ਇਟ ਫਲੋਜ਼ ਅਕਰੋਸ ਡਿਫਰੈਂਟ ਕਾਇੰਡਸ ਆਫ ਸੋਇਲ, ਜਿਵੇਂ ਜਿਵੇਂ ਜਿਹੜੇ ਕਿ ਅਲੱਗ ਅਲੱਗ ਸੋਇਲ 'ਤੇ ਜਿਹੜੇ ਕਿ ਉਹ ਫਲੋ ਕਰਦਾ ਵਾਟਰ, ਤਾਂ ਉਹਦਾ ਕਲਰ ਕਿਵੇਂ ਅਲੱਗ ਅਲੱਗ ਹੁੰਦਾ, ਐਂਡ ਫਾਈਨਲੀ ਇਨ ਟੂ ਦਾ ਸੀ, ਅਤੇ ਸੀ ਦੇ ਵਿੱਚ ਕਿਵੇਂ ਦਾ ਹੁੰਦਾ। ਜਾਂ ਕੁਸ਼ਚਨ ਆ ਸਕਦਾ ਤੁਹਾਨੂੰ, ਵਟ ਇਜ਼ ਅ ਯੂਜ਼ ਆਫ ਰੇਨ ਫੈਡ ਟਰਾਂਸ ਟੈਂਕਸ, ਰੇਨ ਫੈਡ ਟੈਂਕਸ ਕੀ ਨੇ, ਇਹਨਾਂ ਦਾ ਕੀ ਯੂਜ਼ ਆ, ਵਟ ਇਜ਼ ਰਮਨਸ ਓਬਜ਼ਰਵੇਸ਼ਨ ਅਬਾਊਟ ਦਾ ਜਨਰਲ ਕੰਡੀਸ਼ਨ ਆਫ ਰੇਨ ਫੈਡ ਟੈਂਕਸ ਇਨ ਸਾਊਥ ਇੰਡੀਆ ਦੇ ਵਿੱਚ, ਕੀ ਇਹਨਾਂ ਦੇ ਓਬਜ਼ਰਵੇਸ਼ਨ ਸੀ ਵੀ ਰਮਨ ਦੀ, ਠੀਕ ਆ, ਉਹ ਆਪਣੇ ਦੱਸਣੀ ਆ। ਜਾਂ ਵਟ ਆਰ ਦਾ ਮੇਜ਼ਰ ਸੁਗੈਸਟਡ ਟੂ ਕੰਟਰੋਲ ਦਾ ਡਿਸਟਰਕਟਿਵ ਪਾਵਰ ਆਫ ਵਾਟਰ, ਠੀਕ ਹੈ, ਜਿਹੜੇ ਕਿ ਪਾਣੀ ਦੀ ਸਭ ਤੋਂ ਜ਼ਿਆਦਾ ਵਿਨਾਸ਼ਕਾਰੀ ਕੀ ਚੀਜ਼ ਹੈ, ਜਿਵੇਂ ਭੂਖੋਰ ਆ, ਠੀਕ ਹੈ, ਵੀ ਉਹਦੇ ਬਾਰੇ ਕੀ ਆਪਾਂ ਤੁਸੀਂ ਸਟੈਪ ਦੱਸ ਸਕਦੇ ਹੋ ਵੀ ਇਹਨੂੰ ਹਟਾਉਣ ਦੇ ਲਈ ਘੱਟ ਹੋਵੇ। ਹਾਂਜੀ, ਜਾਂ ਵਟ ਇਜ਼ ਅ ਸੋਇਲ ਅਰੋਜ਼ਨ ਕੀ ਹੈ, ਵਟ ਇਜ਼ ਅ ਕਨੈਕਸ਼ਨ ਬਿਟਵੀਨ ਸੋਇਲ ਅਰੋਜ਼ਨ ਐਫਰੇਸ਼ਨਸ ਐਂਡ ਕੰਜ਼ਰਵੇਸ਼ਨਸ ਆਫ ਵਾਟਰ, ਠੀਕ ਹੈ, ਜਾਂ ਵਟ ਆਰ ਦਾ ਯੂਜ਼ ਆਫ ਵਾਟਰ ਬਿਸਾਈਡ ਇਟਸ ਫੰਡਾਮੈਂਟਲ ਰੋਲ ਇਨ ਸਸਟੇਨਿੰਗ ਲਾਈਫ, ਹਾਊ ਕੈਨ ਵਾਟਰ ਬੀ ਯੂਜ਼ਡ ਫੋਰ, ਮਤਲਬ ਕਿ ਵਾਟਰ ਕਿਵੇਂ ਕਿਵੇਂ ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ, ਅਲੱਗ ਅਲੱਗ ਕਮਰਸ਼ੀਅਲ ਪਰਪਸ ਦੇ ਲਈ। ਜਾਂ ਡਿਸਕ੍ਰਾਈਬ ਹਾਓ ਵਾਟਰ ਇਜ਼ ਅ ਬੇਸਿਸ ਆਫ ਆਲ ਲਾਈਫ ਦੇ ਲਈ, ਸਾਰੀ ਜ਼ਿੰਦਗੀ ਦਾ ਆਧਾਰ ਆ ਉਹ ਕਿਵੇਂ ਆ, ਠੀਕ ਹੈ, ਇਹਨਾਂ ਸਾਰੇ ਕੁਸ਼ਚਨਾਂ ਦਾ ਇੱਕੋ ਆਨਸਰ ਕਰਨਾ ਆਪਾਂ ਨੇ। ਹਾਂਜੀ, ਤਾਂ ਆਪਾਂ ਆਨਸਰ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਆਪਾਂ ਲਿਖਾਂਗੇ ਵਾਟਰ, ਵਾਟਰ ਇਜ਼ ਅ ਰੀਅਲ ਅਲਿਕਸਰ ਆਫ ਲਾਈਫ ਅਵੇਲੇਬਲ ਔਨ ਦਾ ਅਰਥ, ਜਿਹੜੇ ਕਿ ਵਾਟਰ ਹੈ ਅਸਲ ਦੇ ਵਿੱਚ ਉਹੀ ਜ਼ਿੰਦਗੀ ਦਾ ਜਿਹੜੇ ਕਿ ਅੰਮ੍ਰਿਤ ਆ, ਜਿਹੜਾ ਧਰਤੀ 'ਤੇ ਉਪਲਬਧ ਹੈ ਪਾਣੀ। ਅੱਗੇ ਹੈ ਇਹ ਹੈਡਿੰਗਸ ਦੇ ਨਾਲ ਕਰਵਾਇਆ ਤੁਹਾਨੂੰ, ਠੀਕ ਹੈ, ਹੈਡਿੰਗਸ ਦੇ ਨਾਲ ਈਜ਼ੀ ਯਾਦ ਹੋ ਜਾਂਦਾ। ਵਾਟਰ ਇਜ਼ ਅ ਬੇਸਿਸ ਆਫ ਆਲ ਲਾਈਫ, ਨੋ ਪਲਾਂਟ ਔਰ ਐਨੀਮਲ ਕੈਨ ਲਿਵ ਵਿਦਆਊਟ ਵਾਟਰ, ਕਹਿੰਦਾ ਨਾ ਪਲਾਂਟ ਅਤੇ ਨਾ ਹੀ ਐਨੀਮਲ, ਇੱਥੇ ਹਿਊਮਨ ਬੀਇੰਗ ਵੀ ਲਿਖ ਸਕਦੇ ਹੋ, ਕੋਈ ਵੀ ਵਾਟਰ ਤੋਂ ਬਿਨਾਂ ਜਿਹੜੇ ਕਿ ਜ਼ਿੰਦਾ ਨਹੀਂ ਰਹਿ ਸਕਦਾ। ਇਟ ਇਜ਼ ਅ ਬੇਸਿਸ ਆਫ ਆਲ ਲਾਈਫ, ਇਹ ਕਹਿੰਦਾ ਜ਼ਿੰਦਗੀ ਦਾ ਸਾਰੇ ਜ਼ਿੰਦਗੀ ਦਾ ਆਧਾਰ ਹੈ ਪਾਣੀ। ਸੀ ਵੀ ਰਮਨ ਕਾਲਸ ਇਟ ਦਾ ਅਲਿਕਸਰ ਆਫ ਲਾਈਫ, ਇਹਨੂੰ ਕਹਿੰਦਾ ਜ਼ਿੰਦਗੀ ਦਾ ਅੰਮ੍ਰਿਤ ਦੱਸਦੇ ਨੇ ਸੀ ਵੀ ਰਮਨ। ਫਲੋਇੰਗ ਵਾਟਰ ਐਡ ਬਿਊਟੀ ਟੂ ਦਾ ਕੰਟਰੀ ਸਾਈਡ, ਕਹਿੰਦਾ ਜਿਹੜਾ ਵਾਟਰ ਫਲੋ ਕਰਦਾ ਰਹਿੰਦਾ, ਠੀਕ ਆ, ਵਹਿੰਦਾ ਪਾਣੀ ਜਿਹੜੇ ਕਿ ਕਹਿੰਦਾ ਇਸਦੀ ਬਿਊਟੀ ਨੂੰ ਜਿਹੜੇ ਕਿ ਵਧਾਉਂਦਾ। ਦਾ ਮੋਇਸਚਰਾਈਜ਼ਰ ਇਨ ਦਾ ਸੋਇਲ ਇਜ਼ ਵੈਰੀ ਇੰਪੋਰਟੈਂਟ ਫੋਰ ਦਾ ਲਾਈਫ ਐਂਡ ਗਰੋਥ ਆਫ ਪਲਾਂਟਸ ਐਂਡ ਟਰੀਜ਼, ਕਹਿੰਦਾ ਜਿਹੜੇ ਕਿ ਇਸ ਤੋਂ ਇਲਾਵਾ ਜਿਹੜੀ ਸੋਇਲ ਹੈ, ਸੋਇਲ ਦੇ ਵਿੱਚ ਵੀ ਗਿੱਲਾਪਣ ਹੋਣਾ ਜ਼ਰੂਰੀ ਹੈ, ਮੋਇਸਚਰਾਈਜ਼ਰ ਹੋਣਾ ਜ਼ਰੂਰੀ ਹੈ, ਕਿਉਂਕਿ ਇਹੀ ਮੋਇਸਚਰਾਈਜ਼ਰ ਹੈ ਜਿਹੜੇ ਕਿ ਪਲਾਂਟ
ਦੀ ਲਾਈਫ ਦੇ ਲਈ ਅਤੇ ਉਹਦੀ ਗਰੋਥ ਹੋਣ ਦੇ ਲਈ ਜਾਂ ਟਰੀਜ਼ ਦੀ ਗਰੋਥ ਹੋਣ ਦੇ ਲਈ ਜਿਹੜੇ ਕਿ ਮਦਦਗਾਰ ਹੁੰਦਾ। ਵਾਟਰ ਇਜ਼ ਨੈਸੈਸਰੀ ਫੋਰ ਆਲ ਐਨੀਮਲਸ, ਅਤੇ ਵਾਟਰ ਸਾਰੇ ਜਾਨਵਰਾਂ ਲਈ ਵੀ ਜ਼ਰੂਰੀ। ਇਸ ਤੋਂ ਇਲਾਵਾ ਤੁਸੀਂ ਆਪਣੇ ਕੋਲੋਂ ਵੀ ਪੁਆਇੰਟ ਬਣਾ ਸਕਦੇ ਹੋ ਵਾਟਰ ਦੇ। ਤਾਂ ਨੈਕਸਟ ਹੈਗਾ ਪੁਆਇੰਟ, ਕਲਰਸ ਆਫ ਵਾਟਰ ਐਜ਼ ਇਟ ਫਲੋ ਅਕਰੋਸ ਡਿਫਰੈਂਟ ਕਾਇੰਡਸ ਆਫ ਸੋਇਲ। ਕਹਿੰਦਾ ਵਾਟਰ ਦਾ ਕਲਰ ਜਿਵੇਂ ਜਿਵੇਂ ਉਹ ਅਲੱਗ ਅਲੱਗ ਕਿਸਮ ਦੇ ਜਿਹੜੇ ਕਿ ਮਿੱਟੀਆਂ 'ਤੇ ਵਹਿੰਦਾ ਪਾਣੀ। ਵਾਟਰ ਹੈਜ਼ ਆ ਪਾਵਰ ਟੂ ਕੈਰੀ ਸਿਲਟ ਇਨ ਸਸਪੈਂਸਨ। ਤਾਂ ਸਿਲਟ ਕੀ ਹੋਗੀ? ਗਾਦ, ਠੀਕ ਹੈ, ਗਾਦ। ਹਾਂਜੀ, ਕਹਿੰਦਾ ਪਾਣੀ ਦੇ ਵਿੱਚ ਗਾਦ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਜਿਹੜੀ ਕਿ ਸਮਰੱਥਾ ਹੁੰਦੀ ਆ, ਪਾਵਰ ਹੁੰਦੀ ਆ। ਦਿਸ ਸਿਲਟ ਗਿਵਸ ਇਟਸ ਕਰੈਕਟਰਿਸਟਿਕਸ ਕਲਰ ਟੂ ਵਾਟਰ। ਕਹਿੰਦਾ ਇਹੀ ਗਾਦ ਪਾਣੀ ਨੂੰ ਆਪਣਾ ਜਿਹੜੇ ਕਿ ਰੰਗ ਦੇ ਦਿੰਦੀ ਆ, ਠੀਕ ਹੈ। ਐਜ਼ ਦਾ ਵਾਟਰ ਫਲੋਜ ਅਕਰੋਸ ਡਿਫਰੈਂਟ ਕਾਇੰਡਸ ਆਫ ਸੋਇਲ, ਕਹਿੰਦਾ ਜਿਵੇਂ ਹੀ ਵਾਟਰ ਹੈ ਜਿਹੜੀ ਕਿ ਅਲੱਗ ਅਲੱਗ ਕਿਸਮ ਦੀ ਹੈ ਮਿੱਟੀ 'ਤੇ ਬਹਿੰਦਾ, ਇਟ ਕੈਰੀਜ਼ ਇਨ ਇਟ ਪਾਰਟੀਸਪਲਸ ਆਫ ਡੈਟ ਸੋਇਲ ਇਨ ਦਾ ਫੋਰਮ ਆਫ ਸਿਲਟ। ਕਹਿੰਦਾ ਉਹ ਜਿਹੜੀ ਜਿਹੜੀ ਮਿੱਟੀ 'ਤੇ ਉਹ ਤੈਰਦਾ ਪਾਣੀ ਬਹਿੰਦਾ, ਉਸੇ ਮਿੱਟੀ ਦੇ ਜਿਹੜੀ ਕਿ ਕਣ ਨੇ ਉਹ ਆਪਣੇ ਦੇ ਵਿੱਚ ਲੈ ਲੈਂਦਾ, ਤਾਂ ਗਾਦ ਦੇ ਰੂਪ ਦੇ ਵਿੱਚ, ਗਾਦ ਦੇ ਰੂਪ ਦੇ ਵਿੱਚ ਉਹ ਪਾਣੀ ਦੇ ਵਿੱਚ ਜਿਹੜੀ ਕਿ ਚੀਜ਼ ਸਮਾ ਜਾਂਦੀ ਹੈ। ਜਿਹੜੇ ਜਿਹੜੀ ਮਿੱਟੀ 'ਤੇ, ਸਪੋਜ਼ ਉਹ ਲਾਲ ਮਿੱਟੀ 'ਤੇ ਬਹਿ ਰਿਹਾ ਜਾਂ ਬਲੈਕ ਮਿੱਟੀ 'ਤੇ ਚੱਲ ਰਿਹਾ ਪਾਣੀ, ਤਾਂ ਉਹਦੇ ਵਿੱਚ ਜਿਹੜੀ ਗਾਦ ਉਹ ਜਿਹੜੀ ਕਿ ਪਾਣੀ ਦੇ ਵਿੱਚ ਮਿਕਸ ਹੋ ਜਾਂਦੀ ਹੈ, ਠੀਕ ਹੈ। ਜਿਹੜੇ ਇਹਦੇ ਪਾਰਟੀਸਪਲਸ ਨੇ ਉਹ ਗਾਦ ਦੇ ਰੂਪ ਦੇ ਵਿੱਚ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਫਿਰ ਉਵੇਂ ਦਾ ਹੀ ਜਿਹੜੇ ਕਿ ਆਪਾਂ ਨੂੰ ਪਾਣੀ ਨਜ਼ਰ ਆਉਣ ਲੱਗ ਜਾਂਦਾ। ਵੈਨ ਦਿਸ ਵਾਟਰ ਫਲੋਜ਼ ਇਨ ਟੂ ਦਾ ਸੀ, ਕਹਿੰਦਾ ਜਦੋਂ ਫਿਰ ਇਹ ਪਾਣੀ ਜਿਹੜੇ ਕਿ ਸੀ ਦੇ ਵਿੱਚ ਜਾਂਦਾ, ਸਮੁੰਦਰ ਦੇ ਵਿੱਚ ਜਾਂਦਾ, ਇਟ ਚੇਂਜ ਫਰੋਮ ਦਾ ਮਡੀ ਰੈੱਡ ਐਂਡ ਬਰਾਊਨ ਇਨ ਟੂ ਵਰਿੰਗ ਸ਼ੇਡਸ ਯੈਲੋ ਐਂਡ ਗ੍ਰੀਨ। ਕਹਿੰਦਾ ਤਾਂ ਇਹ ਪਾਣੀ ਸਮੁੰਦਰ ਦੇ ਵਿੱਚ ਮਿਲਦਾ ਤਾਂ ਗੰਧਲੇ ਲਾਲ ਤੋਂ ਮੱਡੀ ਹੋ ਗਿਆ, ਗੰਧਲਾ ਰੈੱਡ ਹੋ ਗਿਆ ਲਾਲ ਅਤੇ ਬਰਾਊਨ। ਕਹਿੰਦਾ ਇਹ ਗੰਧਲੇ ਲਾਲ ਅਤੇ ਭੂਰੇ ਰੰਗ ਤੋਂ ਫਿਰ ਕਿਵੇਂ ਦਾ ਬਣ ਜਾਂਦਾ? ਯੈਲੋ, ਪੀਲਾ ਅਤੇ ਹਰੇ ਰੰਗ ਦੇ ਵਿੱਚ, ਗ੍ਰੀਨ, ਹਰੇ ਰੰਗ ਦੇ ਵਿੱਚ ਚੇਂਜ ਹੋ ਜਾਂਦਾ ਜਦੋਂ ਉਹ ਜਿਹੜੇ ਕਿ ਸਮੁੰਦਰ ਦੇ ਵਿੱਚ ਜਾਂਦਾ। ਨੈਕਸਟ ਹੈਡਿੰਗ ਹੈਗਾ ਸੋਇਲ ਇਰੋਜ਼ਨ ਕੀ ਐਂਡ ਕੰਟਰੋਲ ਟੂ ਦਾ ਇਰੋਜ਼ਨ, ਅਤੇ ਇਹਨੂੰ ਕੰਟਰੋਲ ਕਰਨਾ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਡਿਸਟਰਕਟਿਵ, ਮਤਲਬ ਕਿ ਪਾਣੀ ਦੇ ਜਿਹੜੇ ਕਿ ਵਾਟਰ ਡਿਸਟਰਕਟਿਵ ਨੂੰ ਆਪਾਂ ਕਿਵੇਂ ਹਟਾਉਣਾ, ਵੀ ਉਹਦੀ ਜਿਹੜੀ ਕਿ ਤਬਾਹੀ ਵਾਲੀ ਆ, ਠੀਕ ਹੈ। ਪਾਣੀ ਵੀ ਜਿਵੇਂ ਲਗਾਤਾਰ ਪਾਣੀ ਪਹੂਗਾ ਤਾਂ ਉਹਦੇ ਨਾਲ ਸੋਇਲ ਇਰੋਜ਼ਨ ਹੋ ਜੂਗਾ। ਹਾਂਜੀ, ਤਾਂ ਇਹਦੇ ਵਿੱਚ ਹੈ ਦਾ ਵਾਸ਼ਿੰਗ ਅਵੇ ਆਫ ਸੋਇਲ ਬਾਏ ਦਾ ਐਕਸ਼ਨ ਆਫ ਵਾਟਰ ਇਜ਼ ਕੋਲਡ ਸੋਇਲ ਇਰੋਜ਼ਨ। ਹਾਂਜੀ, ਪਾਣੀ ਦੀ ਕਿਰਿਆ ਦੁਆਰਾ ਜਿਹੜੀ ਕਿ ਮਿੱਟੀ ਦੇ ਰੁੜ ਜਾਣ ਨੂੰ, ਜਦੋਂ ਪਾਣੀ ਦੇ ਦੁਆਰਾ ਐਕਸ਼ਨ ਆਫ ਵਾਟਰ, ਮਤਲਬ ਕਿ ਪਾਣੀ ਦੇ ਐਕਸ਼ਨ ਦੇ ਦੁਆਰਾ ਜਿਹੜਾ ਕਿ ਮਿੱਟੀ ਦੀ ਉੱਪਰਲੀ ਜਿਹੜੀ ਕਿ ਤੈਅ ਹੈ ਉਹ ਰੁੜ ਜਾਂਦੀ ਹੈ ਜਦੋਂ ਪਾਣੀ ਦੇ ਨਾਲ ਬਹਿ ਜਾਂਦੀ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸੋਇਲ ਇਰੋਜ਼ਨ, ਭੂਖੋਰ ਕਿਹਾ ਜਾਂਦਾ ਉਹਨੂੰ। ਆਫਟਰ ਹੈਵੀ ਸ਼ਾਵਰ ਜਾਂ ਹੈਵੀ ਰੇਨ ਕਰ ਸਕਦੇ ਹੋ, ਮਤਲਬ ਕਿ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ, ਬਹੁਤ ਜ਼ਿਆਦਾ ਹੈਵੀ ਰੇਨ ਹੋ ਰਹੀ ਹੈ, ਤਾਂ ਉਹਦੇ ਨਾਲ ਜਿਹੜੀ ਕਿ ਉਹਦਾ ਉੱਪਰਲੀ ਪਰਤ ਆ ਮਿੱਟੀ ਦੀ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਜਾਂ ਫਲੋ ਹੋ ਰਿਹਾ ਲਗਾਤਾਰ ਪਾਣੀ ਦਾ, ਤਾਂ ਆਪਾਂ ਸੋਇਲ ਇਰੋਜ਼ਨ ਕਹਿੰਦੇ ਹਾਂ। ਦਾ ਸਰਪਲਸ ਵਾਟਰ ਰਨਸ ਆਫ ਦਾ ਗਰਾਊਂਡ, ਠੀਕ ਹੈ, ਵੀ ਰੋੜ ਕੇ ਜਿਹੜੇ ਕਿ ਕਾਫੀ ਮਾਤਰਾ ਦੇ ਵਿੱਚ ਮਿੱਟੀ ਨੂੰ ਨਾਲ ਲੈ ਜਾਂਦਾ। ਹਾਂਜੀ, ਦਾ ਵਰੀਅਸ ਮੈਥਡ ਟੂ ਕੰਟਰੋਲ ਸੋਇਲ ਇਰੋਜ਼ਨ, ਇਹਨਾਂ ਮੈਥਡ ਕਿਹੜੇ ਕਿਹੜੇ ਨੇ ਸੋਇਲ ਇਰੋਜ਼ਨ ਨੂੰ ਕੰਟਰੋਲ ਕਰਨ ਦੇ ਜਾਂ ਡਿਸਟਰਕਟਿਵ ਜਿਹੜੇ ਕਿ ਭਾਵ ਕਿ ਇਹਨੂੰ ਕੰਟਰੋਲ ਕਰਨ ਦੇ, ਠੀਕ ਹੈ। ਇੱਕ ਤਾਂ ਟੈਰਸਿੰਗ ਆਫ ਲੈਂਡ ਇਨ ਹਿਲੀ ਏਰੀਆਜ਼, ਜਿਹੜੇ ਹਿਲੀ ਏਰੀਆਜ਼ ਨੇ ਉੱਥੇ ਜਿਹੜੇ ਕਿ ਆਪਣੇ ਜਿਹੜੇ ਕਿ ਜਿਹੜੇ ਹਿਲੀ ਏਰੀਏ ਨੇ ਪਹਾੜੀ ਖੇਤਰਾਂ ਦੇ ਵਿੱਚ ਜ਼ਮੀਨ ਨੂੰ ਜਿਹੜੀ ਕਿ ਪੌੜੀ ਨੁਮਾ ਬਣਾਉਣਾ, ਟੈਰਸਿੰਗ ਹੋ ਗਿਆ ਪੌੜੀ ਨੁਮਾ ਬਣਾਉਣਾ। ਅਤੇ ਦਾ ਕੰਸਟਰਕਸ਼ਨ ਆਫ ਵਰਨਸ ਟੂ ਚੈੱਕ ਐਂਡ ਫਲੋ ਆਫ ਵਾਟਰ, ਅਤੇ ਜਿਹੜੇ ਪਾਣੀ ਦੇ ਬਹਾਅ ਨੂੰ ਰੋਕਣ ਲਈ ਬੰਨਾਂ ਦਾ ਨਿਰਮਾਣ ਕਰਨਾ। ਦਾ ਪ੍ਰੈਕਟਿਸ ਆਫ ਕੰਟਿਊਰ ਕਲਟੀਵੇਸ਼ਨ, ਅਤੇ ਪੌੜੀ ਨੁਮਾ ਖੇਤੀ ਦੀ ਪ੍ਰਥਾ ਨੂੰ ਜਿਹੜੀ ਕਿ ਅਪਣਾਉਣਾ।
द ਪਲਾਂਟਿੰਗ ਆਫ ਐਪਰੋਪ੍ਰੀਏਟ ਟਾਈਪਸ ਆਫ ਵੈਜੀਟੇਸ਼ਨ, ਅਤੇ ਢੁੱਕਵੀਂ ਕਿਸਮ ਦੀ ਜਿਹੜੀ ਕਿ ਬਨਸਪਤੀ ਨੂੰ ਉਗਾਉਣਾ, ਪਲਾਂਟਿੰਗ ਮੋਅਰ ਟ੍ਰੀ ਤੁਸੀਂ ਇਹ ਵੀ ਲਿਖ ਸਕਦੇ ਹੋ, ਠੀਕ ਆ ਵੀ ਵੱਧ ਤੋਂ ਵੱਧ ਜਿਹੜੇ ਕਿ ਪਲਾਂਟ ਲਗਾਉਣੇ। ਅੱਗੇ ਹੈ ਯੂਜ਼ ਆਫ ਰੇਨ ਫੈਡ ਟੈਂਕਸ, ਇਹਨਾਂ ਦੇ ਕੀ ਯੂਜ਼ ਨੇ। ਹਾਂਜੀ, ਰੇਨ ਫੈਡ ਟੈਂਕਸ ਤੁਸੀਂ ਇਹਦੇ ਵਿੱਚ ਸਟੂਡੈਂਟਸ ਇਹ ਵੀ ਕਰ ਸਕਦੇ ਵੀ ਅਗਰ ਤੁਹਾਨੂੰ ਇਕੱਲਾ ਰੇਨ ਫੈਡ ਟੈਂਕਸ ਬਾਰੇ ਪੁੱਛਿਆ ਗਿਆ ਜਾਂ ਸੋਇਲ ਇਰੋਜ਼ਨ ਬਾਰੇ ਪੁੱਛਿਆ ਗਿਆ, ਫਿਰ ਤੁਸੀਂ ਹੈਡਿੰਗਾਂ ਦੇ ਵਿੱਚ ਜਿਹੜਾ ਆਪਾਂ ਨੇ ਬਣਾਇਆ ਹੋਇਆ ਸਿਰਫ ਇਹਨਾਂ ਬਾਰੇ ਲਿਖ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸਾਰਾ ਲਿਖਣਾ, ਫਿਰ ਜਿਸ ਪੁਆਇੰਟ ਬਾਰੇ ਪੁੱਛਿਆ ਤੁਸੀਂ ਉਹਨਾਂ ਪੁਆਇੰਟ ਵੀ ਲਿਖ ਸਕਦੇ ਹੋ। ਜਿਵੇਂ ਕਿ ਰੇਨ ਫੈਡ ਟੈਂਕਸ ਬਾਰੇ ਪੁੱਛਿਆ ਤਾਂ ਤੁਸੀਂ ਇੰਨਾ ਕੁ ਲਿਖ ਕੇ ਸਟਾਰਟਿੰਗ 'ਚ ਲਿਖ ਕੇ ਫਿਰ ਤੁਸੀਂ ਇੰਨਾ ਕੁ ਲਿਖ ਲੈਣਾ ਬਸ। ਹਾਂਜੀ, ਰੇਨ ਫੈਡ ਟੈਂਕਸ ਕੈਨ ਬੀ ਯੂਜ਼ਡ ਫੋਰ ਇਰੀਗੇਸ਼ਨ, ਇਰੀਗੇਸ਼ਨ ਸਿੰਚਾਈ ਦੇ ਲਈ ਜਿਹੜੇ ਕਿ ਇਹ ਯੂਜ਼ ਹੁੰਦੇ ਨੇ, ਸਿੰਚਾਈ ਕਰਨ ਦੇ ਲਈ ਆਪਾਂ ਨੇ ਉਹਨੂੰ ਬਰਸਾਤੀ ਤਲਾਵਾਂ ਦਾ ਜਿਹੜੇ ਕਿ ਆਪਾਂ ਪ੍ਰਯੋਗ ਕਰ ਸਕਦੇ ਹਾਂ। ਇਟ ਕੈਨ ਬੀ ਯੂਜ਼ਡ ਬਾਏ ਕੈਟਲ ਟੂ ਕੁਅੰਚ ਦੇਅਰ ਥਰਸਟ, ਕਹਿੰਦਾ ਇਸ ਤੋਂ ਇਲਾਵਾ ਪਸ਼ੂਆਂ ਦੁਆਰਾ ਆਪਣੀ ਪਿਆਸ ਬੁਝਾਉਣ ਦੇ ਲਈ ਵੀ ਇਹਨਾਂ ਦਾ ਪ੍ਰਯੋਗ ਕੀਤਾ ਜਾ ਸਕਦਾ। ਸੀ ਵੀ ਰਮਨ ਸੇਜ਼ ਡੈਟ ਦਾ ਰੇਨ ਫੈਡ ਟੈਂਕਸ ਇਨ ਸਾਊਥ ਇੰਡੀਆ ਆਰ ਏ ਚੇਅਰਿੰਗ ਸਾਈਟ, ਕਹਿੰਦਾ ਵੀ ਸੀ ਵੀ ਰਮਨ ਕਹਿੰਦੇ ਨੇ ਕਿ ਦੱਖਣੀ ਭਾਰਤ ਦੇ ਵਿੱਚ ਜਿਹੜੇ ਕਿ ਹੋ ਗਏ ਸਾਊਥ ਇੰਡੀਆ ਦੱਖਣੀ ਭਾਰਤ, ਉਹਨਾਂ ਦੇ ਵਿੱਚ ਜਿਹੜੇ ਕਿ ਰੇਨ ਫੈਡ ਟੈਂਕਸ ਕੀ ਹੁੰਦੇ ਨੇ, ਬਰਸਾਤੀ ਤਲਾਅ, ਇੱਕ ਸੁੰਦਰ ਜਿਹੜੇ ਕਿ ਆਪਾਂ ਨੂੰ ਨਜ਼ਾਰਾ ਦ੍ਰਿਸ਼ ਸਾਈਟ ਪੇਸ਼ ਕਰਦੇ ਨੇ। ਦੇ ਪਲੇ ਐਨ ਇੰਪੋਰਟੈਂਟ ਰੋਲ ਇਨ ਸਾਊਥ ਇੰਡੀਅਨ ਐਗਰੀਕਲਚਰ, ਕਹਿੰਦਾ ਇਸ ਤੋਂ ਇਲਾਵਾ ਉਹ ਸਾਊਥ ਇੰਡੀਅਨ ਐਗਰੀਕਲਚਰ ਦੇ ਵਿੱਚ ਵੀ ਆਪਣੀ ਜਿਹੜੀ ਕਿ ਭੂਮਿਕਾ ਨਿਭਾਉਂਦੇ ਨੇ। ਇਨ ਮੈਸੂਰ ਮੱਚ ਆਫ ਦਾ ਰਾਈਸ ਇਜ਼ ਗਰੋਨ ਅੰਡਰ ਦੈਮ, ਕਹਿੰਦਾ ਦੱਖਣੀ ਭਾਰਤ ਦੇ ਵਿੱਚ ਜਿਹੜੇ ਕਿ ਦੱਖਣੀ ਭਾਰਤ ਦੇ ਵਿੱਚ ਜਿਵੇਂ ਖੇਤੀਬਾੜੀ 'ਚ ਭੂਮਿਕਾ ਨਿਭਾਉਂਦੇ ਨੇ, ਐਵੇਂ ਹੀ ਮੈਸੂਰ ਦੇ ਵਿੱਚ ਚਾਵਲਾਂ ਦੀ ਖੇਤੀ ਦੇ ਵਿੱਚ ਜਿਹੜੀ ਕਿ ਇਹਦੀ ਸਹਾਇਤਾ ਲਈ ਜਾ ਸਕਦੀ ਹੈ, ਇਹਦੇ ਦੁਆਰਾ ਹੀ ਸਹਾਇਤਾ ਕੀਤੀ ਜਾਂਦੀ ਹੈ, ਠੀਕ ਹੈ। ਮੈਸੂਰ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਕਿ ਰਾਈਸ ਉਗਾਉਣ ਦੇ ਲਈ। ਸੀ ਵੀ ਰਮਨ ਕੰਪੇਅਰਸ ਵਾਟਰ ਇਜ਼ ਏ ਲੈਂਡਸਕੇਪ ਟੂ ਆਈਜ਼ ਇਨ ਹਿਊਮਨ ਫੇਸ, ਤਾਂ ਜਿਹੜੇ ਕਿ ਸੀ ਵੀ ਰਮਨ ਕਹਿੰਦੇ ਨੇ ਕਿ ਧਰਤੀ ਦੇ ਚਿਹਰੇ 'ਤੇ ਮੌਜੂਦਾ ਪਾਣੀ ਦੀ ਤੁਲਨਾ ਮਨੁੱਖ ਦੇ ਚਿਹਰੇ 'ਤੇ ਉਸਦੀਆਂ ਅੱਖਾਂ ਦੇ ਨਾਲ ਕਰਦੇ ਨੇ, ਠੀਕ ਹੈ। ਹਾਂਜੀ, ਅਗਰ ਇਹ ਲਾਈਨ ਦੇ ਨਾਲ ਵੀ ਤੁਹਾਨੂੰ ਕੁਸ਼ਚਨ ਆਉਂਦਾ ਤਾਂ ਵੀ ਤੁਸੀਂ ਇਹੀ ਲਿਖ ਸਕਦੇ ਹੋ। ਅੱਗੇ ਹੈਗਾ ਵਾਟਰ ਵੀ ਸਾਈਡਸ ਇਟਸ ਫੰਡਾਮੈਂਟਲ ਰੋਲ ਇਨ ਸੰਸਟੇਨਿੰਗ ਲਾਈਫ ਜਾਂ ਆਈਜ਼ ਇਨ ਏ ਹਿਊਮਨ ਫੇਸ, ਜਾਂ ਇਹ ਹੈਡਿੰਗ, ਠੀਕ ਹੈ, ਇਹ ਹੈਡਿੰਗ ਨਾਲ ਵੀ ਬਣਾ ਸਕਦੇ, ਇਹ 'ਚ ਇਹ ਲਾਈਨ ਵੀ ਲਿਖ ਸਕਦੇ ਸਟਾਰਟਿੰਗ ਵਾਲੀ। ਹਾਂਜੀ, ਵਾਟਰ ਨੋਟ ਓਨਲੀ ਸਸਟੇਨ ਲਾਈਫ, ਇਟ ਲੈਂਡਸ ਬਿਊਟੀ ਟੂ ਦਾ ਲੈਂਡਸਕੇਪ ਆਲਸੋ। ਹਾਂਜੀ, ਪਾਣੀ ਵਾਟਰ ਨਾ ਸਿਰਫ ਜਿਹੜੇ ਕਿ ਜੀਵਨ ਨੂੰ ਵੀ ਬਣਾ ਕੇ ਰੱਖਦਾ, ਬਲਕਿ ਜਿਹੜੇ ਕਿ ਆਪਾਂ ਨੂੰ ਇਹ ਬਹੁਤ ਜਿਹੜੇ ਕਿ ਲੈਂਡਸਕੇਪ ਹੋ ਗਏ, ਭੂ ਦ੍ਰਿਸ਼, ਉਹਨਾਂ ਨੂੰ ਵੀ ਜਿਹੜੀ ਇੱਕ ਸੁੰਦਰਤਾ ਦਿੰਦਾ। ਇਟ ਇਜ਼ ਬਿਕੋਜ਼ ਆਫ ਵਾਟਰ ਡੈਟ ਵੀ ਹੈਵ ਅਵਰ ਬਿਊਟੀਫੁੱਲ ਪਲਾਂਟਸ, ਟਰੀਜ਼ ਐਂਡ ਫੋਰੈਸਟ, ਕਹਿੰਦਾ ਵੀ ਵਾਟਰ ਦੇ ਕਰਕੇ ਹੀ ਸਾਡੇ ਕੋਲ ਜਿਹੜੇ ਕਿ ਸੁੰਦਰ ਪਲਾਂਟਸ ਨੇ, ਟਰੀਜ਼ ਨੇ, ਫੋਰੈਸਟ ਨੇ। ਵਾਟਰ ਇਨ ਲੈਂਡਸਕੇਪ ਕੈਨ ਬੀ ਕੰਪੇਅਰਡ ਵਿਦ ਦਾ ਆਈਜ਼ ਇਨ ਏ ਹਿਊਮਨ ਫੇਸ, ਕਹਿੰਦਾ ਜਿਹੜੇ ਕਿ ਲੈਂਡਸਕੇਪ ਭੂ ਦ੍ਰਿਸ਼ ਦੇ ਜਿਹੜੇ ਅੱਖਾਂ ਨੇ, ਉਹਨਾਂ ਦੀ ਮਨੁੱਖ ਦੀਆਂ ਅੱਖਾਂ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ। ਵਿਦਆਊਟ ਆਈਜ਼, ਕਹਿੰਦਾ ਬਿਨਾਂ ਅੱਖਾਂ ਦੇ ਦਾ ਹੋਲ ਬਿਊਟੀ ਆਫ ਹਿਊਮਨ ਫੇਸ ਇਜ਼ ਗੋਨ, ਕਹਿੰਦਾ ਵੀ ਬਿਨਾਂ ਅੱਖਾਂ ਦੇ ਮਨੁੱਖ ਦੇ ਚਿਹਰੇ ਦੀ ਸਾਰੀ ਸੁੰਦਰਤਾ ਜਿਹੜੀ ਕਿ ਖਤਮ ਹੋ ਜਾਂਦੀ ਆ। ਆਈਜ਼ ਰਿਫਲੈਕਟਸ ਦਾ ਸਟੇਟ ਆਫ ਹਿਊਮਨ ਮਾਈਂਡ, ਕਹਿੰਦਾ ਵੀ ਜਿਹੜੇ ਕਿ ਅੱਖਾਂ ਨੇ ਜਿਹੜੇ ਕਿ ਉਹ ਸਾਰੇ ਉਹਨੂੰ ਜਿਹੜੇ ਕਿ ਰਿਫਲੈਕਟ ਕਰਦੀਆਂ ਨੇ ਹਿਊਮਨ ਮਾਈਂਡ ਨੂੰ। ਵਿਦਆਊਟ ਵਾਟਰ ਅ ਲੈਂਡਸਕੇਪ ਲੁੱਕਸ ਡੈਡ, ਡਲ ਐਂਡ ਡਰਾਈ, ਕਹਿੰਦਾ ਸੇਮ ਉਸੇ ਤਰੀਕੇ ਨਾਲ ਜਿਹੜੇ ਕਿ ਵਾਟਰ ਤੋਂ ਬਿਨਾਂ ਸਾਰੇ ਜਿਹੜੇ ਭੂ ਦ੍ਰਿਸ਼ ਆ ਉਹ ਆਪਾਂ ਨੂੰ ਕਿਵੇਂ ਲੱਗੂਗਾ, ਡੱਲ ਲੱਗੂਗਾ ਅਤੇ ਡਰਾਈ ਲੱਗੂਗਾ, ਖੁਸ਼ਕ ਲੱਗੂਗਾ। ਇਨਫੈਕਟ ਵਿਦਆਊਟ ਵਾਟਰ ਦੇਅਰ ਵੁੱਡ ਵੀ ਨੋ ਟਰੀ, ਪਲਾਂਟ ਔਰ ਲਾਈਫ ਔਨ ਦਿਸ ਅਰਥ, ਕਹਿੰਦਾ ਇਸ ਧਰਤੀ 'ਤੇ ਬਿਨਾਂ ਪਾਣੀ ਦੇ ਨਾ ਤਾਂ ਕੋਈ ਟਰੀ ਹੋ ਸਕਦਾ, ਨਾ ਪਲਾਂਟ ਹੋ ਸਕਦਾ ਅਤੇ ਨਾ ਹੀ ਲਾਈਫ
ਸੰਭਵ ਹੈ, ਠੀਕ ਹੈ, ਨਹੀਂ ਹੋ ਸਕਦੀ। ਅਤੇ ਇਹਦੇ ਵਿੱਚ ਤੁਸੀਂ ਇਹ ਲਾਈਨ ਵੀ ਐਡ ਕਰ ਦੇਣਾ, ਅਗਰ ਤੁਹਾਨੂੰ ਆਈਜ਼ ਇੰਨੇ ਹਿਊਮਨ ਫੇਸ ਵਾਲੇ ਕੁਸ਼ਚਨ ਪੁੱਛ ਲੈਣਾ ਐਵੇਂ ਤਾਂ ਇਹਦੇ ਵਿੱਚ ਆਹ ਲਾਈਨ ਵੀ ਲਿਖ ਦੇਣੀ ਹੈ, ਠੀਕ ਹੈ। ਵੈਸੇ ਆਪਣੇ ਹੋ ਹੀ ਗਈ ਇਹ। ਹਾਂਜੀ, ਅੱਗੇ ਹੈਗਾ ਨੈਕਸਟ ਪੁਆਇੰਟ, ਵਾਟਰ ਫੋਰ ਕਮਰਸ਼ੀਅਲ ਪਰਪਜ਼। ਵਾਟਰ ਕਮਰਸ਼ੀਅਲ ਪਰਪਜ਼ ਲਈ ਕਿਵੇਂ ਕਿਵੇਂ ਯੂਜ਼ ਹੁੰਦਾ। ਹਾਂਜੀ, ਦਾ ਮਾਡਰਨ ਸਿਵਲਾਈਜੇਸ਼ਨ ਕੈਨ ਯੂਜ਼ ਵਾਟਰ ਫੋਰ ਕਮਰਸ਼ੀਅਲ ਪਰਪਜ਼ ਦੇ ਲਈ ਯੂਜ਼ ਕਰਦੇ ਨੇ। ਇਲੈਕਟ੍ਰੀਸਿਟੀ ਕੈਨ ਵੀ ਜਨਰੇਟਡ ਬਾਏ ਵਾਟਰ। ਇਹਦੀ ਥਾਂ 'ਤੇ ਤੁਸੀਂ ਵਾਟਰ ਕਰ ਸਕਦੇ ਹੋ। ਕਹਿੰਦਾ ਵੀ ਇਲੈਕਟ੍ਰੀਸਿਟੀ ਹੈ ਜਿਹੜੀ ਕਿ ਬਿਜਲੀ ਵੀ ਪਾਣੀ ਦੇ ਦੁਆਰਾ ਜਿਹੜੀ ਕਿ ਪ੍ਰੋਡਿਊਸ ਕੀਤੀ ਜਾ ਸਕਦੀ ਹੈ, ਠੀਕ ਹੈ, ਪ੍ਰੋਡਿਊਸ ਕੀਤੀ ਜਾਂਦੀ ਹੈ। ਹਾਈਡਰੋ ਇਲੈਕਟ੍ਰੀਸਿਟੀ ਪਾਵਰ ਇਜ਼ ਦਾ ਚੀਪੈਸਟ ਫੋਰਮ ਆਫ ਪਾਵਰ। ਕਹਿੰਦਾ ਸ਼ਕਤੀ ਦਾ ਸਭ ਤੋਂ ਸਸਤਾ ਜਿਹੜੀ ਕਿ ਹਾਈਡਰੋ ਇਲੈਕਟ੍ਰਿਕ ਪਾਵਰ ਹੈ, ਠੀਕ ਹੈ। ਇਟ ਕੈਨ ਵੀ ਯੂਜ਼ ਟੂ ਰਨ ਓਵਰ ਮਿਲਸ। ਕਹਿੰਦਾ ਇਹ ਸਾਡੇ ਮਿਲਸ ਨੂੰ ਚਲਾਉਣ ਦੇ ਵਿੱਚ ਐਂਡ ਫੈਕਟਰੀਜ਼ ਨੂੰ ਚਲਾਉਣ ਦੇ ਵਿੱਚ ਜਿਹੜੀ ਕਿ ਮਦਦ ਕਰਦਾ। ਇਟ ਕੈਨ ਵੀ ਯੂਜ਼ਡ, ਯੂਜ਼ ਕਰ ਸਕਦੇ ਇਹਨੂੰ ਆਪਾਂ। ਇਟ ਕੈਨ ਵੀ ਯੂਜ਼ ਟੂ ਲਾਈਟ ਓਵਰ ਹੋਮਸ, ਆਫਿਸ, ਸਕੂਲਸ ਐਂਡ ਯੂਨੀਵਰਸਿਟੀਜ਼। ਕਹਿੰਦਾ ਇਸ ਤੋਂ ਇਲਾਵਾ ਇਹ ਇਸਦਾ ਪ੍ਰਯੋਗ ਸਾਡੇ ਘਰਾਂ, ਦਫ਼ਤਰਾਂ, ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਜਿਹੜੀ ਕਿ ਰੋਸ਼ਨੀ ਦੇਣ ਲਈ ਵੀ ਕੀਤਾ ਜਾ ਸਕਦਾ। ਦੈਨ ਉਸ ਤੋਂ ਬਾਅਦ ਅੱਗੇ ਵਾਟਰ ਟਰਾਂਸਪੋਰਟ ਸਿਸਟਮ ਕੈਨ ਵੀ ਡਿਵੈਲਪਡ ਅਲੋਂਗ ਆਲ ਬਿਗ ਰਿਵਰਸ। ਅਤੇ ਵੱਡੇ ਵੱਡੇ ਜਿਹੜੇ ਰਿਵਰਸ ਨੇ ਉਹਨਾਂ ਦੇ ਕੋਲ ਜਿਹੜੇ ਕਿ ਆਪਾਂ ਵਾਟਰ ਟਰਾਂਸਪੋਰਟ ਸਿਸਟਮ ਵੀ ਜਿਹੜੇ ਕਿ ਡਿਵੈਲਪ ਹੁੰਦਾ। ਅਤੇ ਇਸ ਤੋਂ ਇਲਾਵਾ ਲਾਸਟ ਦੇ ਵਿੱਚ ਤੁਸੀਂ ਕਹਿ ਸਕਦੇ ਸੀ ਵੀ ਰਮਨ ਟੋਕਸ ਆਫ ਦਾ ਰਿਵਰ ਨੀਲ ਇਨ ਇਜਿਪਟ। ਇਜਿਪਟ ਦੇ ਵਿੱਚ ਜਿਹੜੇ ਕਿ ਨੀਲ ਰਿਵਰ, ਉਹਦੇ ਬਾਰੇ ਗੱਲ ਕਰ ਰਹੇ ਨੇ। ਐਨਸ਼ੀਅੰਟ ਸਿਵਿਲਾਈਜੇਸ਼ਨ ਆਫ ਇਜਿਪਟ, ਠੀਕ ਹੈ। ਇਹ ਸੀ ਤੁਹਾਡਾ ਕੋਈ ਵੀ ਕੁਐਸਚਨ ਦਾ ਆਂਸਰ ਆਵੇ। ਇਸ ਤੋਂ ਇਲਾਵਾ ਤੁਸੀਂ ਜਿਹੜੇ ਤੁਹਾਡੇ ਟੈਕਸ ਆਹ ਨੇ ਵੈਰੀ ਸ਼ੋਰਟ ਨੇ, ਇਹਨਾਂ ਨੂੰ ਵੀ ਰੀਡ ਕਰ ਲੈਣਾ। ਜਿਵੇਂ ਅੰਮ੍ਰਿਤਾ ਇਜ਼ ਅ ਮੈਜਿਕ ਆਈਡੀਆ, ਵਟ ਇਜ਼ ਦਾ ਰੀਅਲ ਅਲਿਕਸਰ ਆਫ ਲਾਈਫ ਤਾਂ ਵਾਟਰ, ਠੀਕ ਹੈ। ਵਨ ਵਰਡ ਵਾਲੇ ਵੀ ਯਾਦ ਕਰ ਲੈਣਾ, ਕਈ ਵਾਰ ਇਕੱਠੇ ਮਿਕਸ ਕਰਕੇ ਪਾ ਦਿੰਦੇ ਨੇ। ਰਮਨ ਮੈਨਸ਼ਨ ਇਨ ਐਨਸ਼ੀਅੰਟ ਸਿਵਿਲਾਈਜੇਸ਼ਨ ਐਂਡ ਦਾ ਰਿਵਰ ਵਿੱਚ ਸਸਟੇਨਡ ਇਨ ਨੇਮ ਦੈਮ ਦਾ ਟੋਕਸ ਆਫ, ਆਪਾਂ ਨੂੰ ਹੋਏਗਾ ਇਹ, ਠੀਕ ਹੈ। ਵਟ ਇਜ਼ ਦਾ ਕੋਮਨ ਸਬਸਟਾਂਸ ਵੀ ਟੇਕ ਫੋਰ ਗ੍ਰਾਂਟਡ ਇਨ ਅਵਰ ਡੇਲੀ ਲਾਈਫ, ਤਾਂ ਵਾਟਰ ਆਜੂਗਾ, ਠੀਕ ਹੈ। ਨੈਕਸਟ ਹੈ ਪਿਕ ਆਊਟ, ਪਿਕ ਟੂ ਐਕਸਪ੍ਰੈਸ਼ਨਸ ਰਮਨ ਯੂਜ਼ ਟੂ ਡਿਸਕ੍ਰਾਈਬ ਦਾ ਇੰਪੋਰਟੈਂਸ ਆਫ ਵਾਟਰ। ਵਾਟਰ ਦੇ ਇੰਪੋਰਟੈਂਸ ਨੂੰ ਦਰਸਾਉਣ ਲਈ ਕਿਹੜੇ ਜਿਹੜੇ ਕਿ ਐਕਸਪ੍ਰੈਸ਼ਨ ਦਿੱਤੇ ਗਏ ਨੇ। ਇੱਕ ਤਾਂ ਹੀ ਕਾਲਸ ਵਾਟਰ ਦਾ ਅਲਿਕਸਰ ਆਫ ਲਾਈਫ, ਇੱਕ ਤਾਂ ਜੀਵਨ ਅੰਮ੍ਰਿਤ ਹੈ, ਜੀਵਨ ਦਾ ਅੰਮ੍ਰਿਤਾ ਪਾਣੀ, ਜੀਵਨ ਦਾ ਅੰਮ੍ਰਿਤਾ ਪਾਣੀ। ਦੈਨ ਹੀ ਕੰਪੇਅਰ ਵਾਟਰ ਇਨ ਏ ਲੈਂਡਸਕੇਪ ਟੂ ਦਾ ਆਈਜ਼ ਇਨ ਏ ਹਿਊਮਨ ਫੇਸ। ਫਿਰ ਆਪਣੇ ਅੱਖਾਂ ਦੇ ਨਾਲ ਤੁਲਨਾ ਕਰਦਾ ਵੀ ਜਿਵੇਂ ਮਨੁੱਖ ਦੀ ਬੋਡੀ 'ਤੇ ਜਿਹੜੀ ਕਿ ਅੱਖਾਂ ਨੇ, ਅੱਖਾਂ ਦੇ ਨਾਲ ਹੀ ਸਾਰਾ ਸੰਸਾਰ, ਅੱਖਾਂ ਨਹੀਂ ਹੈ ਤਾਂ ਸੰਸਾਰ ਨਹੀਂ ਹੈ। ਸੇਮ ਉਸੇ ਤਰ੍ਹਾਂ ਵੀ ਜੇ ਵਾਟਰ ਹੈ ਤਾਂ ਹੀ ਸੰਸਾਰ ਦੇ ਵਿੱਚ ਸਾਰੀ ਚੀਜ਼ ਹੈ, ਕੁਦਰਤੀ ਦ੍ਰਿਸ਼ ਨੇ ਆਪਾਂ, ਠੀਕ ਹੈ, ਐਨੀਮਲਸ ਨੇ, ਪਲਾਂਟਸ ਨੇ, ਅਗਰ ਵਾਟਰ ਨਹੀਂ ਹੈ ਤਾਂ ਕੁਛ ਵੀ ਨਹੀਂ ਹੈ। ਅੱਗੇ ਪਿੱਕ ਦਾ ਸੈਂਟੈਂਸ ਡੈਟ ਸ਼ੋਜ਼ ਦਾ ਵੇਸਟ ਸਿਗਨੀਫਿਕੈਂਸ ਆਫ ਵਾਟਰ। ਦਾ ਵਾਟਰ ਇਜ਼ ਦਾ ਬੇਸਿਸ ਆਫ ਆਲ ਲਾਈਫ, ਪਾਣੀ ਸਮੁੱਚੇ ਜੀਵਨ ਦਾ ਆਧਾਰ ਆ। ਹਾਂਜੀ, ਇਹ ਸੀ ਤੁਹਾਡੇ ਕੁਐਸਚਨਸ, ਥੈਂਕਸ।